ਖੇਤਰਾਂ ਦਾ ਹਾਰ ਪਾਤਾ ਉਹ ਕਹਿੰਦਾ ਮੈਂ ਆਪਣੇ اصول ਨਾਲ ਸਮਝੋਤਾ ਨਹੀਂ ਕਰਦਾ ਸੱਚ ਆ ਜਿਹੜਾ ਲੁਕਿਆ ਨਹੀਂ ਰਹਿੰਦਾ ਅਜੀਤ ਅਖਬਾਰ ਦੀ ਖਬਰ ਹੈ ਇਹ ਗੱਲ 1991 ਦੀ ਆ ਤਰ੍ਹਾਂ ਦਾ ਹਾਰ ਪੈਣ ਤੱਕ ਸੋਸਾਇਟੀ ਨੂੰ ਕੋਈ ਪਤਾ ਨਹੀਂ ਸੀਗਾ ਵਿਚੋਲੇ ਦੀ ਇੱਕ ਤਰ੍ਹਾਂ ਦੀ ਉਹ ਸ਼ਰਾਰਤ ਕਹਿ ਲੋ ਜਾਂ ਕੁਝ ਵੀ ਮੰਨ ਲੋ ਨੂੰ ਚਮਕੌਰ ਸਿੰਘ ਜਿਹਦਾ ਛੋਟਾ ਨਾਂ ਰਾੜਾ ਸੀਗਾ ਮੁੰਡਾ ਭੱਟੀਵਾਲ ਦਾ ਇਹਰੇ ਬੰਦੇ ਦੇ ਵਿੱਚ ਸਟੈਂਡ ਲੈਣ ਦੀ ਕੁਝ ਜ਼ਰੂਰਤ ਹੈ ਇਹ ਬੰਦਾ ਕੋ ਸੱਚ ਝੂਠ ਨੂੰ ਨਿਕੇੜ ਸਕਦਾ ਤਿੰਨ ਕ ਹਫ਼ਤੇ ਪਹਿਲਾਂ ਇੱਕ ਫੋਟੋ ਵਾਇਰਲ ਹੁੰਦੀ ਆ ਅਖਬਾਰ ਦੀ ਕਟਿੰਗ ਹੁੰਦੀ ਆ ਉਹ ਵਾਇਰਲ ਹੁੰਦੀ ਆ ਕਿਹਾ ਜਾਂਦਾ ਹੈ ਕਿ ਜੋ ਮੁੰਡਾ ਹੈ ਵਿੱਚ ਫੋਟੋ ਵਿੱਚ ਹੈ ਉਸਨੇ ਆਨੰਦ ਕਾਰਜ ਨਹੀਂ ਕਰਾਇਆ ਸਕੇ ਕਿਉਂ ਚਿੱਤਰਾਂ ਦਾ ਹਾਰ ਪਾਇਆ ਗਿਆ ਤੇ ਇਹ ਇਨਸਾਨ ਜੁਗਿੰਦਰ ਸਿੰਘ ਉਗਰਾਹਾਂ ਹੈ ਪਰ ਉਸ ਤੋਂ ਬਾਅਦ ਉਗਰਾਹਾਂ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਇਹ ਮੇਰੀ ਤਸਵੀਰ ਨਹੀਂ ਇਹ ਕੋਈ ਹੋਰ ਆ ਮੇਰਾ ਤਾਂ ਵਿਆਹ ਹੋਇਆ ਸੀ ਆਨੰਦ ਕਾਰਜ ਹੋਇਆ ਸੀ ਫਿਰ ਸਵਾਲ ਫਿਰ ਇਹ ਬਣਦਾ ਹੈ ਕਿ ਆਖਰਕਾਰ ਉਹ ਲੜਕਾ ਕੌਣ ਸੀ ਜਿਸ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਆਨੰਦ ਕਾਜ ਨਹੀਂ ਕਰਵਾਇਆ ਸੀ ਉਹ ਤੇ ਛੇਤਰਾ ਦਾ ਹਾਰ ਪਿਆ ਸੀ ਇਸ ਦੇ ਬਾਰੇ ਹਰਜਿੰਦਰ ਸਿੰਘ ਪਧੌੜ ਹੋਰਾਂ ਨੂੰ ਪਤਾ ਹੈ ਉਹਨਾਂ ਨੂੰ ਪੁੱਛਦੇ ਆ ਕਿ ਉਹ ਲੜਕਾ ਕੌਣ ਸੀ ਜੀ ਉਹ ਲੜਕਾ ਕੌਣ ਸੀ ਜੀ ਅਹ ਦੇਖੋ ਆਪਾਂ ਨੂੰ ਪਤਾ ਵੀ ਇਹਨਾਂ ਸੋਸ਼ਲ ਮੀਡੀਆ ਦਾ ਜੋਗਾ ਤੇ ਇਹਦੇ ਵਿੱਚ ਆਈਟੀ ਸੈੱਲ ਉਹ ਬਹੁਤ ਕੁਝ ਜੀ ਬਗਾੜ ਤਰਾੜ ਕੇ ਸ਼ਕਸ਼ੀਅਤ ਨੂੰ ਕਿਸੇ ਦੀ ਵਿਚਾਰਧਾਰਾ ਨੂੰ ਤੋੜ ਮਰੋੜ ਕਰਨ ਦੀ ਸਮਰੱਥਾ ਰੱਖਦੇ ਆ ਕਿ ਲੋ ਭਲੇਖਾ ਪਾਉਣ ਦੀ ਸਮਰੱਥਾ ਰੱਖਦੇ ਆ ਪਰ ਸੱਚ ਆ ਜਿਹੜਾ ਲੁਕਿਆ ਨਹੀਂ ਰਹਿੰਦਾ ਮੈਂ ਵੀ ਵੇਖਿਆ ਉਹ ਜੋ ਵਾਇਰਲ ਹੋਈ ਆ ਅਜੀਤ ਅਖਬਾਰ ਦੀ ਖਬਰ ਆ ਜੀ ਪਰ ਉਹ ਘਟਨਾ ਤਾਂ ਮੈਨੂੰ ਯਾਦ ਆ ਮੇਰੀ ਗੱਲ ਵੀ ਪਿੱਛੇ ਜੇ ਹੋਈ ਤਾਲਮੇਲ ਹੋਇਆ ਸਾਡੇ ਬਲਵਿੰਦਰ ਬਰਨਾਲਾ ਜੀ ਨੇ ਜਿਹੜੇ ਅੱਜ ਕੱਲ ਬ੍ਰਮਟਨ ਚ ਰਹਿੰਦੇ ਆ ਜੀ ਕੈਨੇਡਾ ਵਿੱਚ ਰਹਿੰਦੇ ਨੇ ਇਹ ਗੱਲ 1991 ਦੀ ਆ ਅ ਛਿਤਰਾਂ ਦਾ ਹਾਰ ਪੈਣ ਤੱਕ ਸੋਸਾਇਟੀ ਨੂੰ ਕੋਈ ਪਤਾ ਨਹੀਂ ਸੀਗਾ ਚਮਕੌਰ ਸਿੰਘ ਜਿਹਦਾ ਛੋਟਾ ਨਾਂ ਰਾੜਾ ਸੀਗਾ ਮੁੰਡਾ ਭੱਟੀਵਾਲ ਦਾ ਉਹਦਾ ਵਿਆਹ ਸੀਗਾ ਅਗਾਹ ਬਦੂ ਖੈਲਾ ਦਾ ਉਹ ਲੜਕਾ ਜੀ ਉਹਨੇ ਆਪਣੇ ਰਿਸ਼ਤੇ ਦੇ ਵਿੱਚ ਇੱਕ ਸ਼ਰਤ ਰੱਖਦੀ ਸੀ ਕਿ ਮੈਂ ਜਿਹੜਾ ਵਿਆਹ ਕਰਾਉਣਾ ਹੈ ਉਹਦੇ 'ਚ ਕੋਈ ਦਾਜ ਦੇਹੇਜ ਲੈਣ ਦੇਣ ਨਹੀਂ ਹੋਊਗਾ ਨਾ ਹੀ ਉਹਦੇ 'ਚ ਆਨੰਦ ਕਾਰਜ ਹੋਣਗੇ ਜੀ ਸਾਡੇ ਬਹੁਤੇ ਮੈਂਬਰਾਂ ਦੇ ਇਸ ਤਰ੍ਹਾਂ ਹੀ ਹੋਏ ਹੋਏ ਆ ਚਲੋ ਵਿਚੋਲੇ ਨਹੀਂ ਸਾਰਾ ਕੁਝ ਰਿਸ਼ਤਾ ਤੈਅ ਹੋਇਆ ਵਧੀਆ ਢੰਗ ਨਾਲ ਤੈਅ ਹੋਇਆ ਸੀ ਤੇ ਉਹ ਵਿਆਹ ਰੱਖਿਆ ਗਿਆ ਤਾਂ ਵਿਆਹ ਦੇ ਵਿੱਚ ਉਹਨੂੰ ਤਾਂ ਹੁਣ ਪਤਾ ਹੈ ਕਿ ਵੀ ਜਿਵੇਂ ਤੈ ਹੈ ਹੋਇਆ ਉਵੇਂ ਹੀ ਹੋਣਾ ਹੈ ਜੀ ਜੀ ਤਾਂ ਉਹ ਵਿਚੋਲੇ ਦੀ ਇੱਕ ਤਰ੍ਹਾਂ ਦੀ ਉਹ ਸ਼ਰਾਰਤ ਕਹਿ ਲੋ ਜਾਂ ਕੁਝ ਵੀ ਮੰਨ ਲੋ ਨੂੰ ਉਹਨੇ ਲੜਕੀ ਵਾਲਿਆਂ ਨੂੰ ਨਹੀਂ ਦੱਸਿਆ ਜਾਂ ਮੌਕੇ ਤੇ ਮਾਹੌਲ ਬਣਾ ਲਿਆ ਤੇ ਜਦੋਂ ਉਹ ਗਏ ਤੇ ਉਹਨਾਂ ਨੇ ਗਾਹ ਗੱਲ ਰੱਖਤੀ ਵੀ ਨੰਦਾ ਨੂੰ ਉਹ ਕਹਿੰਦਾ ਵੀ ਮੇਰੀ ਤਾਂ ਗੱਲ ਹੋਈ ਹੈ ਸੋ ਉਸ ਵੇਲੇ ਦੇ ਮਾਹੌਲ ਚ 91 ਵੇਲੇ ਆਪਾਂ ਨੂੰ ਪਤਾ ਕਿ ਜਿਹੇ ਜਿਹੇ ਇੱਥੇ ਮਾਹੌਲ ਸੀ ਉਹਨਾਂ ਨੇ ਕੁਝ ਉਥੋਂ ਬੰਦੇ ਸੱਦੇ ਸੱਦ ਕੇ ਤੇ ਉਹਦੇ ਛੇਤਰਾਂ ਦਾ ਹਾਰ ਪਾ ਦੋ ਕਹਿੰਦਾ ਮੈਂ ਆਪਦੇ ਅਸੂਲ ਨਾਲ ਸਮਝੌਤਾ ਨਹੀਂ ਕਰ ਸਕਦਾ ਪਾਉਣਾ ਪਾ ਦੋ ਹੁਣ ਤੁਸੀਂ ਬਾਹਲੇ ਨੂੰ ਪਾ ਦੋ ਕੋਈ ਗੱਲ ਨਹੀਂ ਜੀ ਚਲੋ ਇਹ ਗੱਲ ਅਖਬਾਰ 'ਚ ਜਦੋਂ ਲੱਗੀ ਜਿਹੜੀ ਖਬਰ ਹੁਣ ਵਾਇਰਲ ਹੁੰਦੀ ਆ ਅਖਬਾਰ 'ਚ ਖਬਰ ਲੱਗੀ ਤੇ ਸਾਡੇ ਬਲਵਿੰਦਰ ਬਰਨਾਲਾ ਜੀ ਨੇ ਉਦੋਂ ਸਾਡੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਸੀਗੇ ਇਹ ਉਹਨਾਂ ਨੇ ਵੀ ਪੜ੍ਹੀ ਤਾਂ ਸਾਨੂੰ ਤਾਂ ਇਹ ਲੱਗਦਾ ਹੁੰਦਾ ਵੀ ਯਾਰ ਇਹ ਬੰਦੇ ਦੇ ਵਿੱਚ ਕੁਝ ਫੈਸਲਾ ਲੈਣ ਦੀ ਯਰਤ ਹੈ ਇਹਦੇ ਤੇ ਆਪਦੇ ਸਟੈਂਡ ਲੈਣ ਦੀ ਕੁਝ ਜ਼ਰੂਰਤ ਹੈ ਇਹ ਬੰਦਾ ਕੋ ਸੱਚ ਝੂਠ ਨੂੰ ਨਿਖੇੜ ਸਕਦਾ ਚਲੋ ਬਲਵਿੰਦਰ ਬਰਨਾਲਾ ਜੀ ਤੇ ਨਾਲ ਧੂਰੀ ਦੇ ਕੋਲ ਪਿੰਡ ਪੇਦ ਨਹੀਂ ਉਥੇ ਜੱਸੀ ਪੇਦ ਨਹੀਂ ਵੀ ਸੋਸ਼ਲ ਐਕਟਿਵਿਸਟ ਸੀ ਉਹ ਦੋਨੋਂ ਜਾ ਕੇ ਉਸ ਮੁੰਡੇ ਨੂੰ ਮਿਲਦੇ ਆ ਸਾਰੀ ਗੱਲਬਾਤ ਕੀਤੀ ਉਹਦੇ ਨਾਲ ਵੀ ਭਾਈ ਕਿਵੇਂ ਆ ਉਹਨੇ ਸਾਰੀ ਹਾਲਾਤ ਦੱਸੇ ਵੀ ਐ ਹੋਇਆ ਸੀ ਐ ਸੀ ਹੋਇਆ ਸੀ ਤੇ ਬਲਵਿੰਦਰ ਬਰਨਾਲਾ ਹੁਣੀ ਮੋੜ ਆਉਂਦੇ ਆ ਪਰ ਉਹਨੇ ਜਿਵੇਂ ਦੱਸਿਆ ਉਹ ਕਹਿੰਦੇ ਵੀ ਮਨ 'ਚ ਖਿਆਲ ਆਇਆ ਵੀ ਯਾਰ ਇਹ ਬੱਚਾ ਇੰਨੇ ਗਾਮਬਦੂ ਖਿਆਲਾਂ ਦਾ ਤਾਂ ਇਹਦੇ ਲਈ ਰਿਸ਼ਤਾ ਜਿਹੜਾ ਹੈਗਾ ਕੋਈ ਹੋਰ ਵਧੀਆ ਰਿਸ਼ਤਾ ਹੋਣਾ ਚਾਹੀਦਾ ਆਪਾਂ ਨੂੰ ਇਹਦੀ ਹੈਲਪ ਕਰਨੀ ਚਾਹੀਦੀ ਹੈ ਜੀ ਤੇ ਉਹਨਾਂ ਦੀ ਭਾਣਜੀ ਸੀ ਉਹਨਾਂ ਦੇ ਕੋਲ ਹੀ ਬਲਵਿੰਦਰ ਕੋਲ ਹੀ ਰਹਿੰਦੀ ਸੀ ਪੜ੍ਹਦੀ ਸੀ ਉਹਨੇ ਮਹੀਨੇ ਕੁ ਬਾਅਦ ਹੀ ਉਸ ਆਪਦੀ ਭਾਣਜੀ ਦਾ ਰਿਸ਼ਤਾ ਇਸ ਲੜਕੇ ਨੂੰ ਕੀਤਾ ਬਲਵਿੰਦਰਪੁਰ ਆਪਦੇ ਘਰੇ ਕੀਤਾ ਚਾਰ ਪੰਜ ਬੰਦੇ ਜਿਵੇਂ ਆਏ ਹਾਰ ਪਾ ਕੇ ਬਿਨਾ ਧਾਰਮਿਕ ਰਸਮਾਂ ਤੋਂ ਬਿਨਾ ਲੈਣ ਦੇਣ ਤੋਂ ਵਿਆਹ ਹੋਇਆ ਸਾਰਾ ਕੁਝ ਬਹੁਤ ਵਧੀਆ ਉਹ ਪਰਿਵਾਰ ਆ ਅੱਜ ਕੱਲ ਉਹਦੀ ਲੜਕੀ ਚਮਕੌਰ ਸਿੰਘ ਹੋਰਾਂ ਦੀ ਕਹਿ ਲੋ ਉਥੇ ਬ੍ਰਮਟਨ ਚੀ ਸ਼ਾਇਦ ਬੀ ਐਸ ਸੀ ਜਾਂ ਐਮ ਐਸ ਸੀ ਕਰਕੇ ਉਥੇ ਪਹੁੰਚੀ ਹੋਈ ਆ ਸੱਚ ਇਹ ਹੈ ਯਾਨੀ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਉਹ ਸ਼ਕਤੀਆਂ ਜਿਹੜੀਆਂ ਕਾਰਪੋਰੇਟਾਂ ਚ ਪੂੰਜੀਪਤੀਆਂ ਦੇ ਕਹਿ ਲੋ ਜਾਂ ਇਸ ਤੋਂ ਅਗਲੀ ਗੱਲ ਕਹਿਣਾ ਹੋਵੇ ਕਿ ਇਹਨਾਂ ਦੇ ਰਾਜਕਰਤਾਵਾਂ ਦੇ ਹੱਥਾਂ 'ਚ ਖੇਡਦੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਲੋਕਾਂ ਨੂੰ ਤਾਂ ਇੰਨੀ ਕੀ ਬੇਨਤੀ ਹੈ ਜਾਂ মিডিਏ ਨੂੰ ਵੀ ਮੇਰੀ ਬੇਨਤੀ ਹੈ ਵੀ ਜਦੋਂ ਕੋਈ ਇਹੋ ਜਿਹੀ ਘਟਨਾ ਤੁਸੀਂ ਦੇਖਦੇ ਹੋ ਨਾ ਕੋਈ ਸਟੋਰੀ ਕਵਰ ਕਰਦੇ ਹੋ ਤਾਂ ਘੱਟੋ-ਘੱਟ ਉਹ ਗੱਲ ਸੰਬੰਧਿਤ ਤੋਂ ਜ਼ਰੂਰ ਵੈਰੀਫਾਈ ਕਰ ਲਈ ਜਾਵੇ ਤਾਂ ਕਿ ਸੱਚ ਵੀ ਪੂਰਾ ਚੱਲਿਆ ਜਾਵੇ